स्वागत है थर्डा लैंडमार्क इमिग्रेशन। मैं अमनदीप कौर ते मेरे नाल ने एक नवे स्टूडेंट वीजा स्टूडेंट जो वीजा लेने आए ने बरनाला संगरूर तो जतिंदर सिंह। सब तो पहले उन्होंने वीजा हैंड ओवर करते हैं। कॉन्ग्रेचुलेशन जतिंदर सिंह। ते जतिंदर सिंह नाल गलबात करते हैं कि उन्हों का एक्सपीरियंस किवें रहा लैंडमार्क नाल, उन्होंने सर्विसिज किवें दी लगियां, उन्होंने प्रोसैस किदां स्टार्ट किया, कि साडे ब्रांच विजिट किया, लैंडमार्क ते उन्हों का ट्रस्ट किवें बनिया। जतिंदर सिंह कॉन्ग्रेचुलेशन। सब तो पहला थोड़ा वीजा आ गया, तो साडे व्यूअर्स नूं दसोगे कि तुसीं प्रोसेस स्टार्ट किवें करवाया? ਉਸਸ ਮੈਂ ਪਲੱਸ 2 ਪਾਸ ਆਊਟ ਸੀ ਤੇ ਸਿਸਟਰ ਦੀ ਪਹਿਲਾਂ ਰੈਡਰ ਮਾਸਕ ਲੱਗੀ ਨਹੀਂ ਸੀ ਤੇ ਲੁਧਿਆਣਾ ਬ੍ਰਾਂਚ ਤੋਂ ਮੈਂ ਫਾਈਲਿੰਗ ਕੀਤੀ ਸੀ। ਮਈ ਦੇ ਵਿੱਚ ਕੀਤੀ ਸੀ। ਸਭ ਤੋਂ ਪਹਿਲਾਂ ਤੁਸੀਂ ਸਾਡੀ ਲੁਧਿਆਣਾ ਬ੍ਰਾਂਚ ਵਿਜ਼ਿਟ ਕੀਤਾ? ਹਾਂਜੀ। ਠੀਕ ਹੈ, ਤੇ ਫਿਰ ਐਕਸਪੀਰੀਅੰਸ ਤੁਹਾਡਾ ਕਿਵੇਂ ਦਾ ਰਿਹਾ? ਐਕਸਪੀਰੀਅੰਸ ਮੈਨੂੰ ਗੁੱਡ ਸੀ, ਵੀ ਬਹੁਤ ਛੇਤੀ ਹੋ ਗਈ ਪ੍ਰੋਸੈਸ, ਛੇਤੀ ਹੋ ਗਿਆ ਤੁਹਾਡਾ। ਓਕੇ, ਤੇ ਹੁਣ ਤੁਹਾਡੀ ਸਟੱਡੀ ਕੀ ਸੀਗੀ ਤੇ ਆਈਸ ਬੈਂਡ ਸਕੋਰ ਕੀ ਸੀ? ਸਟੱਡੀ ਮੈਂ ਵੀ ਪਲੱਸ 2 ਪਾਸ ਆਊਟ ਸੀ ਤੇ 6 ਬੈਂਡ ਸੀ ਆਈਸ ਚ। 6 ਬੈਂਡ ਸੀ ਆਈਸ ਚ। ਓਕੇ, ਤੇ ਹੁਣ ਕਿਹੜੇ ਕਾਲਜ ਤੁਸੀਂ ਕੋਰਸ ਤੁਸੀਂ ਜਾ ਰਹੇ ਹੋ? ਮੈਂ ਜਾ ਰਿਹਾ ਨਗਰਮ ਕਾਲਜ ਮੈਂ ਪੁਲਿਸ ਫਾਊਂਡੇਸ਼ਨ ਦਾ ਕੋਰਸ ਲਈ। ਓਕੇ, ਜਿਹੜੇ ਸਾਡੇ ਵਿਊਅਰਸ ਦੇਖ ਰਹੇ ਨੇ ਉਹਨਾਂ ਨੂੰ ਕੀ ਰეკਮੈਂਡ ਕਰਨਾ ਚਾਹੁੰਦੇ ਹੋ ਕਿ ਜਿਵੇਂ ਤੁਹਾਡੀ ਪਹਿਲਾਂ ਸਿਸਟਰ ਨੇ ਫਾਈਲ ਲਗਵਾਈ ਸੀ ਕਿ ਤੁਹਾਡਾ ਟਰਸਟ ਬਣ ਗਿਆ, ਤੇ ਜਿਹੜੇ ਸਾਡੇ ਵਿਊਅਰਸ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਕੰਮ ਨੂੰ ਜੋ ਵੀ ਵਧੀਆ ਐਕਸਪੀਰੀਅੰਸ ਹੈ ਨਹੀਂ ਤੇ ਫਾਈਲ ਪ੍ਰੋਸੈਸਿੰਗ ਬਹੁਤ ਛੇਤੀ ਹੋ ਰਹੀ ਹੈ। ਜਿਵੇਂ ਜਤਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਲੈਂਡਮਾਰਕ ਨਾਲ, ਕਿਉਂਕਿ ਉਹਨਾਂ ਦੀ ਸਿਸਟਰ ਨੇ ਵੀ ਪਹਿਲਾਂ ਇੱਥੇ ਸਾਡੇ ਕੋਲੋਂ ਹੀ ਫਾਈਲ ਲਗਵਾਈ ਸੀ ਤੇ ਉਹਨਾਂ ਦਾ ਵੀ ਵੀਜ਼ਾ ਆਇਆ ਸੀ ਲੈਂਡਮਾਰਕ ਤੋਂ ਹੀ, ਤੇ ਅੱਜ ਇਹਨਾਂ ਦਾ ਵੀਜ਼ਾ ਬਾਹਰ ਜਾਣ ਦਾ ਸੁਪਨਾ ਪੂਰਾ ਹੋ ਰਿਹਾ ਹੈ। ਤੇ ਅਗਰ ਤੁਸੀਂ ਵੀ ਚਾਹੁੰਦੇ ਕਿ ਤੁਹਾਡਾ ਵੀ ਜਲਦੀ ਤੋਂ ਜਲਦੀ ਬਾਹਰ ਜਾਣ ਦਾ ਸੁਪਨਾ ਪੂਰਾ ਹੋਵੇ ਤਾਂ ਸਾਡੇ ਕਿਸੇ ਵੀ ਲੈਂਡਮਾਰਕ ਦੀ ਨਜ਼ਦੀਕੀ ਬ੍ਰਾਂਚ ਤੁਸੀਂ ਵਿਜ਼ਿਟ ਕਰ ਸਕਦੇ ਹੋ। ਸਾਡੀਆਂ ਅਲੱਗ ਅਲੱਗ ਬ੍ਰਾਂਚਿਸ ਨੇ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਮੋਗਾ, ਬਠਿੰਡਾ, ਮੋਹਾਲੀ, ਚੰਡੀਗੜ੍ਹ ਤੇ ਵਡੋਦਰਾ ਵਿੱਚ ਵੀ ਸਾਡੀ ਇੱਕ ਬ੍ਰਾਂਚ ਹੈ, ਕੈਨੇਡਾ 'ਚ ਵੀ ਸਾਡੀ ਬ੍ਰਾਂਚ ਹੈ। ਨੀਚੇ ਨੰਬਰ ਫਲੈਸ਼ ਹੋ ਰਿਹਾ, ਤੁਸੀਂ ਉਸ 'ਤੇ ਕਾਲ ਕਰ ਸਕਦੇ ਹੋ, ਆਪਣੇ ਡਾਊਟ ਕਲੀਅਰ ਕਰੋ, ਦੈਨ ਆਫਿਸ 'ਚ ਵਿਜ਼ਿਟ ਕਰੋ। ਸਾਡੀ ਇੱਕ ਈਮੇਲ ਆਈ ਡੀ ਹੈ info@landmarkimmigration, ਉਸ 'ਤੇ ਤੁਸੀਂ ਆਪਣੇ ਡਾਕੂਮੈਂਟ ਸੈਂਡ ਕਰੋ ਅਤੇ ਔਨਲਾਈਨ ਪ੍ਰੋਸੈਸ ਵੀ ਤੁਸੀਂ ਸਟਾਰਟ ਕਰਵਾ ਸਕਦੇ ਹੋ। ਥੈਂਕ ਯੂ ਸੋ ਮਚ।